ਭਖ ਚੁੱਕਿਆ ਹੈ। ਸਾਰੇ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਮੈਦਾਨ ਵਿੱਚ ਆ ਗਏ। ਉੱਥੇ ਹੀ ਪਿੰਡ ਸੇਖਾ ਤੋਂ ਪੜ੍ਹੇ ਲਿਖੇ ਸੂਝਵਾਨ ਉਮੀਦਵਾਰ ਜਗਸੀਰ ਸਿੰਘ ਮੈਦਾਨ ਵਿੱਚ ਆਏ, ਜਿਨ੍ਹਾਂ ਦੀ ਸੋਚ ਹੈ ਕਿ ਮੈਂ ਆਪਣੇ ਪਿੰਡ ਨੂੰ ਨਵੀਂ ਸੇਧ ਦੇ ਕੇ ਇਸ ਦੀ ਨੁਹਾਰ ਬਦਲਣੀ ਹੈ, ਵਿਕਾਸ ਤੇ ਸੁਧਾਰ ਪਹਿਲ ਦੇ ਆਧਾਰ ਤੇ ਕਰਨਾ ਹੈ। ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਅਸੀਂ ਜਗਸੀਰ ਸਿੰਘ ਨੂੰ ਵੋਟ ਪਾ ਕੇ ਸਰਪੰਚ ਚੁਣਾਂਗੇ। ਸਾਨੂੰ ਪੂਰਾ ਭਰੋਸਾ ਹੈ ਕਿ ਇਹ ਸਾਡੇ ਪਿੰਡ ਦਾ ਵਿਕਾਸ ਪਹਿਲ ਦੇ ਆਧਾਰ ਤੇ ਕਰਨਗੇ। ਕੀ ਨਾਮ ਵੀਰ ਜੀ ਆਪਣਾ? ਮੇਰਾ ਨਾਮ ਜਗਸੀਰ ਸਿੰਘ ਮੱਖਣ ਹੈ ਜੀ। ਜਗਸੀਰ ਜੀ, ਤੁਸੀਂ ਸਰਪੰਚੀ ਇਲੈਕਸ਼ਨ ਦੇ ਵਿੱਚ ਸੇਖਾ ਪਿੰਡ ਤੋਂ ਸਰਪੰਚੀ ਲੜ ਰਹੇ ਹੋ, ਕੀ ਤੁਹਾਡੇ ਜਹਿਨ ਦੇ ਵਿੱਚ ਚੱਲ ਰਿਹਾ, ਕੀ ਤੁਹਾਡੇ ਮਨ 'ਚ ਚੱਲ ਰਿਹਾ, ਕੀ ਤੁਸੀਂ ਸੇਵਾ ਕਰਨ ਲਈ ਉਤਰੇ ਹੋ, ਕੀ ਕਹਿਣਾ ਚਾਹੋਗੇ? ਅਸੀਂ ਜੀ ਨਗਰ ਨੇ ਸਾਨੂੰ ਸਹਿਯੋਗ ਦਿੱਤਾ ਜੀ, ਅਸੀਂ ਇਮਾਨਦਾਰ ਸਮਝ ਕੇ ਕੰਮ ਕਰਾਂਗੇ ਇਮਾਨਦਾਰੀ ਤੇ ਜੀ। ਕੋਈ ਅਸੀਂ ਐਂ ਨਹੀਂ ਹੈਗਾ ਵੀ ਜਾਂ ਕੋਈ ਉਹ ਕਰਾਂਗੇ ਜੀ, ਸਾਰੇ ਕੰਮ ਜਿਹੜੇ ਨਗਰ ਕਹੂਗਾ ਨਗਰ ਦੇ ਨਾਲ ਜੁੜ ਕੇ ਕੰਮ ਕਰਾਂਗੇ। ਕਿਹੜੇ ਕਿਹੜੇ ਕੰਮ ਤੁਹਾਡੇ ਨਗਰ ਦੇ ਹੋਣ ਵਾਲੇ ਨੇ, ਜਿਹੜਾ ਤੁਸੀਂ ਹਾਲੇ ਜਿਹਨੇ ਲੱਗ ਰਹੇ ਤੁਹਾਨੂੰ ਜਾਣੂ ਕਰਵਾਇਆ? ਜਿਵੇਂ ਜੀ ਸਕੂਲ ਆ ਜੀ, ਨੋਨ ਮੈਡੀਕਲ ਮੈਡੀਕਲ ਕਰਨ ਵਾਲਾ ਬੱਚੀਆਂ ਬਾਹਰ ਜਾਂਦੀਆਂ ਨੇ ਜੀ, ਉਹਨਾਂ ਦਾ ਮੈਂ ਸਕੂਲ ਲੈ ਕੇ ਆਵਾਂਗੇ ਜੀ। ਬਾਕੀ ਜਿਹੜੇ ਹੋਰ ਨਗਰ ਦੇ ਕੰਮ ਕਰਨ ਵਾਲੇ ਲਾਇਬ੍ਰੇਰੀ ਵਗੈਰਾ, ਉਹ ਵੀ ਸਾਰਾ ਕੁਝ ਮੁਹੱਈਆ ਕਰਾਵਾਂਗੇ ਜੀ। ਜੀ, ਹੁਣ ਤੁਸੀਂ ਨਗਰ ਨੂੰ ਕੀ ਮੈਸੇਜ ਦੇਣਾ ਚਾਹੋਗੇ? ਨਗਰ ਨੂੰ ਅਸੀਂ, ਸਾਡਾ ਚੋਣ ਨਿਸ਼ਾਨ ਟਰੈਕਟਰ ਹੈ ਜੀ, ਟਰੈਕਟਰ ਤੇ ਮੋਹਰਾਂ ਲਾ ਕੇ ਨਗਰ ਸਾਨੂੰ ਸਾਥ ਦਊਗਾ। ਬਾਈ ਜੀ ਆਪਣਾ? ਮੇਰਾ ਨਾਮ ਜੋਧਾ ਸਿੰਘ ਜੀ, ਸੇਖਾ ਜੀ। ਜਗਸੀਰ ਸਿੰਘ ਜੀ ਇਲੈਕਸ਼ਨ ਲੜ ਰਹੇ ਸਰਪੰਚੀ ਦੀ ਸੇਖਾ ਪਿੰਡ ਤੋਂ, ਤੁਸੀਂ ਇੱਥੋਂ ਦੇ ਮੋਹਤਰ ਬੰਦੇ ਹੋ, ਰਾਜਨੀਤਿਕ ਬੰਦੇ ਹੋ, ਇਮਾਨਦਾਰ ਬੰਦੇ ਹੋ, ਕੀ ਕਹਿਣਾ ਚਾਹੋਗੇ? ਕਿਹੋ ਜਿਹਾ ਪਰਿਵਾਰ ਹੈ, ਕਿਹੋ ਜਿਹਾ ਰਵੱਈਆ, ਕੀ ਕਹਿਣਾ ਚਾਹੋਗੇ ਜਗਸੀਰ ਸਿੰਘ ਲਈ? ਦੇਖੋ ਸਰ, ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਮੀਡੀਆ ਸਾਡੇ ਲਈ ਅੱਜ ਪਹੁੰਚਿਆ ਜੀ, ਉਹਨਾਂ ਨੂੰ ਵੈਲਕਮ ਜੀ ਆਇਆਂ ਨੂੰ ਆਖਦੇ ਹਾਂ। ਜਿਹੜੀ ਸਾਡੇ ਕੈਂਡੀਡੇਟ ਦੀ ਗੱਲ ਆ ਜਗਸੀਰ ਸਿੰਘ ਮੱਖਣ ਜੀ, ਇੱਕ ਸਰਦਾਰਨ ਪਰਿਵਾਰ ਆ ਜੀ, ਕਿਸਾਨ ਪਰਿਵਾਰ ਆ, ਇਹਨਾਂ ਦਾ ਰਾਜਨੀਤਿਕ ਕੋਈ ਵੀ ਸੁੱਖ ਨਹੀਂ ਤੇ ਇਹ ਸੰਤਾਂ ਦੇ ਲੜ ਲੱਗੇ ਹੋਏ ਨੇ ਜੀ। ਸੇਵਾ ਭਾਵਨਾ ਵਾਲਾ ਪਰਿਵਾਰ ਆ ਜੀ, ਇਹ ਰਾਜਨੀਤੀ ਚ ਇਹ ਉਤਰਨ ਦਾ ਇਹਨਾਂ ਦਾ ਕੋਈ ਇਰਾਦਾ ਨਹੀਂ ਸੀ, ਇਹ ਪਿੰਡ ਦੀ ਸੇਵਾ ਲਈ ਰਾਜਨੀਤੀ ਦੇ ਵਿੱਚ ਆਏ ਨੇ ਜੀ, ਕਿਉਂਕਿ ਸਾਰੇ ਪਿੰਡ ਦੇ ਵਿੱਚ ਪੂਰਨ ਤੌਰ ਤੇ ਹੁੰਗਾਰਾ ਮਿਲ ਰਿਹਾ ਜੀ। ਤੁਸੀਂ ਹਰ ਇੱਕ ਪੱਤੀ ਦੇ ਵਿੱਚ ਜਾ ਕੇ ਦੇਖੋ ਜੀ, ਹਰੇਕ ਵਾਰਡ ਦੇ ਵਿੱਚ ਜਾ ਕੇ ਦੇਖੋ, ਲੱਡੂਆਂ ਦੇ ਲੰਗਰ ਲਾਏ ਜਾ ਰਹੇ ਨੇ ਜੀ, ਜਲੇਬੀਆਂ ਦੇ ਲੰਗਰ ਲਾ ਰਹੇ ਨੇ ਜੀ, ਠੰਡਿਆਂ ਦੇ ਲੰਗਰ ਲਾ ਰਹੇ ਨੇ, ਸਤਿਕਾਰ ਵਜੋਂ ਇਹਨਾਂ ਦਾ ਬਹੁਤ ਜ਼ਿਆਦਾ ਹੱਦ ਤੋਂ ਵੱਧ ਇਹਨਾਂ ਦਾ ਸਤਿਕਾਰ ਹੋ ਰਿਹਾ ਇਹ ਪਰਿਵਾਰ ਦਾ ਜੀ, ਪਿੰਡ ਵੱਲੋਂ। ਜਿਹੜੀ ਇਹ ਇਲੈਕਸ਼ਨ ਲੜ ਰਿਹਾ ਹੈ, ਇਹ ਆਜ਼ਾਦ ਤੌਰ ਤੇ ਲੜ ਰਿਹਾ ਜੀ, ਕਿਸੇ ਪਾਰਟੀ ਨਾਲ ਕਿਸੇ ਤੌਰ ਤੇ ਸੰਬੰਧ ਨਹੀਂ ਜੀ ਇਹਨਾਂ ਦਾ, ਪਿੰਡ ਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜੀ ਇਹਨਾਂ ਜੀ। ਜੇ ਆਪਾਂ ਵਿਕਾਸ ਦੇ ਗੱਲ ਕਰੀ ਤਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਵਿੱਚ ਜਿਹੜੇ ਪੰਚਾਇਤੀਆਂ ਰਹੀ ਨੇ, ਪੰਚਾਇਤ ਸਰਪੰਚ ਪੰਚ ਰਹੇ ਨੇ, ਉਹਨਾਂ ਵੱਲੋਂ ਕੀ ਵਿਕਾਸ ਕਰਾਇਆ ਗਿਆ ਤੇ ਕਿਹੜੇ ਕਿਹੜੇ ਕੰਮ ਅਧੂਰੇ ਨੇ? ਦੇਖੋ ਪਿਛਲੀਆਂ ਸਰਕਾਰਾਂ ਨੇ ਤਾਂ ਜਿਹੜਾ ਹੋਇਆ ਤੁਹਾਨੂੰ ਸਾਡੇ ਨਗਰ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ, ਜੋ ਵੀ ਹੋਇਆ ਜਿਵੇਂ ਜਿਵੇਂ ਜਿਹੜੇ ਜਿਹੜੇ ਸਮੇਂ ਨਾਲ ਸਰਕਾਰ ਆਈਆਂ ਨੇ, ਜਿਵੇਂ ਜਿਵੇਂ ਉਹਨਾਂ ਦਾ ਆਇਆ, ਉਹਨਾਂ ਨੇ ਉਸ ਹਿਸਾਬ ਨਾਲ ਵਿਕਾਸ ਕੀਤਾ ਜੀ ਜਿੰਨਾ ਹੋਇਆ, ਪਰ ਜਿੰਨਾ ਹੋਣਾ ਚਾਹੀਦਾ ਸੀ ਉਨਾ ਹੋਇਆ ਨੀ ਜੀ। ਜਦੋਂ ਤੋਂ ਇਹ ਹੁਣ ਸਰਕਾਰ ਆਈ ਆ 2.5 ਸਾਲ ਤੋਂ ਜੀ, ਉਹਦੇ ਅਸੀਂ ਮੈਂਬਰ ਵੀ ਰਹੇ ਹਾਂ, ਉਹ ਪਾਰਟੀਆਂ ਨਾਲ ਜੁਆਇੰਟ ਵੀ ਰਹੇ ਅਸੀਂ, ਪਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਕੰਮ ਹੋਏ ਨੇ ਪਿੰਡ ਦੇ ਵਿੱਚ, ਕਿਉਂਕਿ ਉਸ ਟੀਮ ਦਾ ਮੈਂ ਵੀ ਹਿੱਸਾ ਰਿਹਾ ਜੀ। ਤੇ ਜਿਵੇਂ ਲਾ ਲਓ ਪੰਚਾਇਤ ਘਰ ਹੋ ਗਏ ਜੀ, ਨਵੀਨੀਕਰਨ ਹੋ ਗਏ, ਸਟੇਡੀਅਮ ਹੋ ਗਏ ਜੀ, ਤਰ੍ਹਾਂ ਤਰ੍ਹਾਂ ਦੇ ਕੰਮ ਤੇ ਬਹੁਤ ਜ਼ਿਆਦਾ ਕੰਮ ਹੋਏ ਨੇ, ਜਿਹਦੇ ਵਿੱਚ ਸਾਡਾ ਵੀ ਥੱਲੇ ਲੈਵਲ ਤੋਂ ਸਾਡਾ ਵੀ ਯੋਗਦਾਨ ਆ ਜੀ ਇਸ ਦੇ ਵਿੱਚ ਜੀ। ਹਾਂਜੀ, ਤੁਸੀਂ ਕੀ ਕੀ ਉਮੀਦ ਰੱਖਦੇ ਹੋ ਜੇ ਸਰਪੰਚ ਬਣ ਜਾਂਦੇ ਨੇ, ਕਿਹੋ ਜੀ ਤੁਸੀਂ ਇਹਨਾਂ ਤੋਂ ਉਮੀਦ ਰੱਖਦੇ ਹੋ, ਕੀ ਤੁਹਾਡੀ ਉਮੀਦਾਂ ਖਰੇ ਉੱਤਰ ਪਾਣਗੇ ਜੀ? ਦੇਖੋ ਉਮੀਦ ਤਾਂ ਦੇਖੋ ਜਦੋਂ ਕਿਸੇ ਨਾਲ ਬੰਦਾ ਜੁੜਦਾ ਨਾ ਜੀ, ਉਹ ਉਮੀਦ ਨਾਲ ਹੀ ਜੁੜਦਾ ਜੀ ਜੀ, ਉਮੀਦ ਤੋਂ ਬਿਨਾਂ ਤਾਂ ਕੋਈ ਚੀਜ਼ ਨਹੀਂ ਚੱਲਦੀ ਜੱਤੇ ਜੀ। ਇਹ ਤਾਂ ਸਾਧੂ ਸੰਤ ਵੀ ਕਹਿ ਕੇ ਗਏ ਨੇ, ਕਹਿ ਰਵਦਾਸ ਆਸ ਲੱਗ ਜੀਓ ਫਿਰ ਪਈ ਉਹ ਦਰਸ਼ਨ ਲੇਖਾ, ਤੇ ਉਮੀਦ ਤੇ ਖੜੀ ਹੈ ਜੀ ਸਾਰੀ ਦੁਨੀਆ ਜੀ। ਸਾਨੂੰ ਇਹ ਪਰਿਵਾਰ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਪਿੰਡ ਨਾਲ ਵੱਧ ਤੋਂ ਵੱਧ ਜਿੰਨਾ ਸਾਡਾ ਫਰਜ਼ ਬਣਦਾ ਉਸ ਤੋਂ ਵੀ ਵੱਧ ਅਸੀਂ ਪਿੰਡ ਲਈ ਕੰਮ ਕਰਾਂਗੇ ਜੀ। ਜਿਵੇਂ ਅਸੀਂ ਭਰਾ ਨਾਲ ਇਹਦੇ ਨਾਲ ਗੱਲ ਕਰਦੇ ਸੀ, ਜਿਵੇਂ ਹੋਮਿਓਪੈਥਿਕ ਡਿਸਪੈਂਸਰੀ ਦੀ ਸਾਨੂੰ ਕਮੀ ਹੈ ਜੀ, ਉਹ ਅਸੀਂ ਇਹਦੇ ਕੋਸ਼ਿਸ਼ ਕਰਾਂਗੇ ਜੀ ਵੀ ਹੋਮਿਓਪੈਥਿਕ ਡਿਸਪੈਂਸਰੀ ਆ ਜਿਹੜੀ ਅਸੀਂ ਲੈ ਕੇ ਆਵਾਂਗੇ। ਜਿਵੇਂ ਨੋਨ ਮੈਡੀਕਲ ਆ ਸਕੂਲ ਦੇ ਵਿੱਚ ਸਾਡੇ, ਉਹ ਜ਼ਰੂਰੀ ਆ ਜੀ। ਬਾਰਡਰ ਬਾਕਸ ਆ, ਉਹਦੀ ਦੁਰਦਸ਼ਾ ਬਹੁਤ ਜ਼ਿਆਦਾ ਮਾੜੀ ਆ ਜੀ, ਉਹਦੀ ਹਾਲਤ ਬਹੁਤ ਮਾੜੇ ਹਾਲਾਤ ਨੇ, ਉਹਨੂੰ ਅਸੀਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਜੀ। ਹੈਲਥ ਦੇ ਵਿੱਚ ਅਸੀਂ ਬਹੁਤ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜੀ, ਜਿਵੇਂ ਗਰੀਬ ਬੱਚੇ ਨੇ ਉਹਨਾਂ ਦੀਆਂ ਫੀਸਾਂ ਲਈ ਹੋਰ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕਰਾਂਗੇ ਜੀ, ਅਸੀਂ ਦਿਲੋਂ ਕੰਮ ਕਰਾਂਗੇ ਜੀ ਇਸ ਚੀਜ਼ ਦੇ। ਕੀ ਨਾਮ ਵੀਰ ਜੀ ਆਪਣਾ? ਮੇਰਾ ਨਾਮ ਗਗਨਦੀਪ ਸਿੰਘ ਹੈ ਜੀ। ਸੇਖਾ ਪਿੰਡ ਤੋਂ ਸਰਪੰਚ ਦੀ ਚੋਣ ਲਈ ਮੈਦਾਨ ਵਿੱਚ ਉਤਰੇ ਨੇ ਵੀਰ ਜੀ, ਕੀ ਕਹਿਣਾ ਚਾਹੋਗੇ?
ਅਸੀਂ ਇਹਨਾਂ ਬਾਰੇ ਇਹੀ ਕਹਿਣਾ ਚਾਹੁੰਦੇ ਹਾਂ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਆਪਣੇ ਬਾਰੇ ਇੰਟਰੋਡਕਸ਼ਨ ਕਰਾ, ਮੇਰਾ ਨਾਮ ਗਗਨਦੀਪ ਸਿੰਘ ਆ, ਮੇਰਾ ਪਿੰਡ ਸੇਖ ਹੈਗਾ ਤੇ ਮੈਂ ਕੈਨੇਡਾ ਸ਼ਹਿਰ ਸ੍ਰੀ ਦੇ ਵਿੱਚ ਰਹਿਣਾ ਵਾ। ਮੈਂ ਆਪਣੇ ਭਰਾ ਦੀ ਲਈ ਚੋਣ ਮੁਹਿੰਮ ਚ ਆਇਆ ਵਾਂ ਤੇ ਮੈਨੂੰ ਲੱਗਦਾ ਵੀ ਇਹ ਬਹੁਤ ਵਧੀਆ ਪਰਿਵਾਰ ਹੈਗਾ, ਇਮਾਨਦਾਰ ਪਰਿਵਾਰ ਹੈਗਾ। ਇਹ ਸ਼ੁਰੂ ਤੋਂ ਹੀ ਪਿੰਡ ਦੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਖੜਦਾ ਹੈਗਾ। ਕਈ ਇਹਨਾਂ ਨੇ ਸਮਾਜਿਕ ਸੇਵਾਵਾਂ ਵੀ ਦੇ ਲਈ ਵੀ ਸਾਥ ਦਿੱਤਾ ਹੈਗਾ ਤੇ ਸਾਨੂੰ ਇਹ ਪਰਿਵਾਰ ਤੋਂ ਵੀ ਬਹੁਤ ਉਮੀਦ ਹੈਗੀ ਕਿ ਇਹ ਪਰਿਵਾਰ ਸਰਪੰਚ ਬਣ ਕੇ ਅੱਗੇ ਪਿੰਡ ਦੇ ਵਿਕਾਸ ਦੇ ਵਿੱਚ ਬਹੁਤ ਸ਼ਲਾਘਾਯੋਗ ਕਦਮ ਪੱਟੇਗਾ ਜੀ। ਸਾਡੇ ਪਿੰਡ ਵਿੱਚ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਉਹ ਸਮੱਸਿਆਵਾਂ ਨੂੰ ਦੂਰ ਕਰੇਗਾ। ਜਿਵੇਂ ਤੁਸੀਂ ਦੇਖ ਲਓ ਕਿ ਸਾਡੇ ਪਿੰਡ ਦੀ ਫਿਰਨੀ ਦਾ ਬਹੁਤ ਬੁਰਾ ਹਾਲ ਹੈਗਾ, ਪਾਣੀ ਦਾ ਪਾਣੀ ਖੜਦਾ, ਉਹਦਾ ਨਿਕਾਸ ਵੀ ਨਹੀਂ ਹੋ ਰਿਹਾ ਤੇ ਸਾਡੇ ਅਸੀਂ ਗੁਰੂ ਘਰ ਨੂੰ ਜਾਂਦੇ ਹਾਂ ਤੇ ਉਹਨੂੰ ਜਾਣ ਲਈ ਕੋਈ ਐਕਸਟਰਾ ਰਸਤਾ ਨਹੀਂ ਹੈਗਾ, ਵੱਡੇ ਰੋਡ ਤੋਂ ਹੀ ਜਾਂਦੇ ਹਾਂ ਜੀ। ਤੇ ਇਹਨਾਂ ਨੇ ਸਾਨੂੰ ਉਮੀਦ ਦਿੱਤੀ ਹੈਗੀ ਵੀ ਅਸੀਂ ਤੁਹਾਡੀ ਉਹ ਹਰੇਕ ਸਮੱਸਿਆ ਦਾ ਹੱਲ ਕਰਾਂਗੇ। ਜੇ ਆਪਾਂ ਨੌਜਵਾਨਾਂ ਦੀ ਗੱਲ ਕਰੀਏ, ਨੌਜਵਾਨਾਂ ਲਈ ਕੋਈ ਸਟੇਡੀਅਮ, ਕੋਈ ਆਪਣੇ ਲਾਇਬ੍ਰੇਰੀ ਜਾਂ ਕੋਈ ਹੋਰ, ਤੇ ਇਹਨਾਂ ਲਈ ਤੁਸੀਂ ਕੋਈ ਇਹਨਾਂ ਨੂੰ ਡਿਮਾਂਡ ਜਾਂ ਕੋਈ ਇਹਨਾਂ ਨੂੰ ਪਹਿਲਾਂ ਕੋਈ ਪੇਸ਼ਕਸ਼ ਕੀਤੀ ਜੀ? ਹਾਂਜੀ ਹਾਂਜੀ, ਉਹ ਇਹਨਾਂ ਨਾਲ ਗੱਲ ਹੋਈ ਹੈਗੀ। ਜਿਵੇਂ ਕਿ ਸਾਡੇ ਪਿੰਡ ਦੇ ਵਿੱਚ ਕ੍ਰਿਕਟ ਦੀ ਟੀਮ ਵੀ ਹੈਗੀ, ਵਾਲੀਬਾਲ ਵੀ ਖੇਡਦੇ ਨੇ। ਵਾਲੀਬਾਲ ਤੋਂ ਤੁਹਾਨੂੰ ਦੱਸਾਂ ਕਿ ਇਹਨਾਂ ਨੇ ਆਪਣੇ ਖੇਤ ਦੇ ਵਿੱਚੋਂ ਬੱਚਿਆਂ ਲਈ ਜਗ੍ਹਾ ਦਿੱਤੀ ਸੀ ਵਾਲੀਬਾਲ ਖੇਡਣ ਵਾਸਤੇ। ਜਾ ਕੇ ਦੇਖ ਵੀ ਸਕਦੇ ਹੋ, ਗਰਾਊਂਡ ਬਣਿਆ ਹੋਇਆ, ਉੱਥੇ ਬੱਚੇ ਵਾਲੀਬਾਲ ਖੇਡਦੇ ਸੀਗੇ। ਤੇ ਜਿਵੇਂ ਕਿ ਸਟੇਡੀਅਮ ਸਾਡੇ ਪਿੰਡ ਦਾ ਕੰਮ ਚੱਲ ਰਿਹਾ ਹੈਗਾ, ਉਹਦਾ ਕੰਮ ਵਿੱਚ ਅਧੂਰਾ ਪਿਆ ਹੈਗਾ। ਇਹਨਾਂ ਨੇ ਸਾਨੂੰ ਇਹ ਦਿੱਤਾ ਗਾ ਵੀ ਕਿਹਾ ਗਾ ਵੀ ਜਦੋਂ ਅਸੀਂ ਸਰਪੰਚ ਬਣਦੇ ਹਾਂ ਤਾਂ ਅਸੀਂ ਪਹਿਲਾਂ ਤੋਂ ਉਹ ਕੰਮ ਸ਼ੁਰੂ ਕਰਵਾਵਾਂਗੇ ਜੀ। ਹਾਂਜੀ, ਜੇ ਆਪਾਂ ਗੱਲ ਕਰੀਏ ਸਮਰਥਨ ਦੀ, ਜਿੱਦਾਂ ਯੂਥ ਹੋ ਜਾਏ ਲਗਭਗ ਉੱਧਰ ਜਿੱਤ ਪੱਕੀ ਹੁੰਦੀ ਹੈ। ਸਾਡੇ ਪਿੰਡ ਦਾ ਜੋ ਵੀ ਯੂਥ ਆ ਤੁਸੀਂ ਦੇਖ ਲਓ, ਸਾਰਾ ਯੂਥ ਸਾਡੇ ਨਾਲ ਹੈਗਾ ਜੀ। ਸਾਰੇ ਪਿੰਡ ਦੇ ਬਜ਼ੁਰਗ ਮਾਤਾਵਾਂ ਭੈਣਾਵਾਂ ਸਾਡੇ ਨਾਲ ਨੇਗੀਆਂ। ਸਾਨੂੰ ਪਿੰਡ ਦੇ ਵਿੱਚ ਉਹਨਾਂ ਦਾ ਬਹੁਤ ਹੰਗਾਰਾ ਮਿਲ ਰਿਹਾ, ਸਹਿਯੋਗ ਮਿਲ ਰਿਹਾ। ਜਿੱਥੇ ਵੀ ਜਾਂਦੇ ਇਹਨਾਂ ਨੂੰ ਸਨਮਾਨ ਕੀਤਾ ਜਾਂਦਾ, ਇਹਨਾਂ ਨੂੰ ਮਨਗਲ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜੀ। ਜੇ ਆਪਾਂ ਗੱਲ ਕਰੀਏ ਜਗਸੀਰ ਸਿੰਘ, ਜਿਹੜਾ ਉਹਨਾਂ ਨੇ ਸਰਪੰਚ ਚੋਣਾਂ ਵਿੱਚ ਮੁਹਿੰਮ ਦੇ ਵਿੱਚ ਚੱਲ ਰਿਹਾ, ਤੇ ਉਹ ਵੀ ਮੈਂ ਕਿਹਾ ਤੁਹਾਡੇ ਹਮ ਉਮਰੀ ਹੋਣਗੇ, ਕਿਹੋ ਜਿਹਾ ਰਵੱਈਆ ਇਹਨਾਂ ਦਾ? ਇਹਨਾਂ ਦਾ ਰਵੱਈਆ ਜੀ, ਤੁਸੀਂ ਪਹਿਲੀ ਗੱਲ ਤਾਂ ਜਾ ਕੇ ਕਿਸੇ ਪਿੰਡ ਦੇ ਵਾਸੀ ਨੂੰ ਪੁੱਛ ਲਿਓ, ਇਹਨਾਂ ਦਾ ਹਰੇਕ ਬੱਚੇ ਨਾਲ, ਬਜ਼ੁਰਗ ਨਾਲ ਬਹੁਤ ਵਧੀਆ ਪਿਆਰ ਹੈ ਜੀ। ਤੇ ਹਰੇਕ ਨੂੰ ਹੱਸ ਕੇ ਮਿਲਣ ਵਾਲੇ ਬੰਦੇ ਨੇ, ਹਰੇਕ ਦੇ ਦੁੱਖ ਸੁੱਖ 'ਚ ਖੜਨ ਵਾਲੇ ਬੰਦੇ ਨੇ ਜੀ। ਸਾਡਾ ਆਉਣ ਵਾਲਾ ਸਰਪੰਚ ਜਗਸੀਰ ਸਿੰਘ ਜਿੰਦਾਬਾਦ। ਜਗਸੀਰ ਬਾਈ ਤੇਰੀ ਸੋਚ ਤੇ ਕਰਾਂ ਦੇਵਾਂਗੇ ਠੋਕੇ। ਜਗਸੀਰ ਬਾਈ ਤੇਰੀ ਸੋਚ ਤੇ ਕਰਾਂ ਦੇਵਾਂਗੇ ਠੋਕੇ। ਜਗਸੀਰ ਬਾਈ ਤੇਰੀ ਸੋਚ ਤੇ ਕਰਾਂ ਦੇਵਾਂਗੇ ਠੋਕੇ।